ਮੇਰਾ ਨਾਲ ਆਉਣ ਦਾ ਮਕਸਦ ਇੱਕੋ ਹੀ ਹੈ, ਮੈਂ 2 ਸਾਲ ਤੋਂ ਜਸਟਿਸ ਦੇ ਲਈ ਦਰ ਦਰ 'ਤੇ ਭਟਕ ਰਿਹਾ ਸੀ। ਹੁਣ ਜਿੰਨੇ ਵੀ ਸਾਰੇ MPs ਸਾਡੇ 13 ਦੇ 13, ਉਹਨਾਂ ਨਾਲ ਮੇਰੀ ਸਾਰਿਆਂ ਨੇ ਡਿਸਕਸ ਹੋਈ ਹੈ, ਜਿੱਦਾਂ ਤੁਹਾਨੂੰ ਵੀਰ ਨੇ ਦੱਸਿਆ ਹੀ ਹੈ ਵੀ ਮੈਂ ਲੁਧਿਆਣੇ ਦੇ ਲੋਕ ਮੇਰੇ 'ਤੇ ਵਿਸ਼ਵਾਸ ਕਰਦੇ ਆ, ਤਾਂ ਮੈਂ ਇਹਨੂੰ ਚੰਗੀ ਤਰ੍ਹਾਂ ਸੰਸਦ ਦੇ ਵਿੱਚ ਜਾ ਕੇ ਉਠਾਵਾਂਗਾ। ਇਹੀ ਮਕਸਦ ਮੇਰਾ ਇਹਨਾਂ ਨਾਲ। ਹੁਣ ਜਿਵੇਂ ਕਹਾਂ ਵੀ ਇਹੀ ਕਿਉਂ ਦੂਜੀਆਂ ਪਾਰਟੀਆਂ 'ਤੇ ਤੁਸੀਂ ਕਿਉਂ ਨਹੀਂ ਭਰੋਸਾ ਕੀਤਾ? ਕਿਉਂਕਿ ਮੈਂ 2 ਸਾਲ ਤੋਂ ਲਗਾਤਾਰ ਫਿਰਦਾ, ਮੈਂ ਵਿਧਾਨ ਸਭਾ ਦੇ ਵਿੱਚ ਅੱਗੇ ਵੀ ਬੈਠ ਕੇ ਆ ਗਿਆ, ਮੈਂ ਸੀਐਮ ਸਾਹਿਬ ਦਾ ਮੰਗਲਾ ਕਰਦਾ ਇੱਥੋਂ ਤੱਕ ਪਹੁੰਚ ਗਿਆ। ਫਿਰ ਮੈਨੂੰ ਇਹ ਲੱਗਦਾ ਵੀ ਕਿਉਂਕਿ ਇੱਕ ਮੇਰੀ ਪੇਰੈਂਟ ਪਾਰਟੀ ਵੀ ਕਹਿ ਲਓ, ਮੈਂ ਸ਼ੁਰੂ ਤੋਂ ਕਾਂਗਰਸ ਨਾਲ ਹੀ ਅਟੈਚ ਹਾਂ, ਹੈ ਨਾ, ਤਾਂ ਇਹਨਾਂ ਕੋਲ ਗੱਲ ਰੱਖਣੀ ਮੇਰੇ ਲਈ ਥੋੜ੍ਹੀ ਜਿਹੀ ਸੌਖੀ ਹੈ, ਗੱਲ ਸੁਣ ਲੈਂਦੇ ਨੇ। ਹੁਣ ਜਦੋਂ ਮੈਂ ਸਾਰਿਆਂ ਨਾਲ ਇਕੱਲੇ ਇਕੱਲੇ ਬੰਦੇ ਨਾਲ ਮੈਂ ਬਹਿ ਕੇ ਡਿਸਕਸ ਕੀਤੀ ਵੀ ਮੇਰਾ ਕਸੂਰ ਕੀ ਹੈ ਇਸ ਗੱਲ ਦੇ ਵਿੱਚ, ਮੈਂ ਉੱਥੋਂ ਕੁਛ ਨਹੀਂ ਮੰਗਦਾ, ਮੈਂ ਇਹ ਨਹੀਂ ਕਹਿੰਦਾ ਵੀ ਗੈਂਗਸਟਰਾਂ ਨੂੰ ਤੁਸੀਂ ਸਾਰਿਆਂ ਨੂੰ ਫਾਹੇ ਲਾ ਦਿਓ, ਮੈਂ ਇੱਕੋ ਹੀ ਗੱਲ ਪੁੱਛਦਾ ਸਰਕਾਰ ਤੋਂ, ਮੈਨੂੰ ਕੇਵਲ ਕਾਰਨ ਦੱਸ ਦਿਓ, ਮੈਂ ਸਬਰ ਕਰਕੇ ਘਰ ਬੈਠ ਜੂੰਗਾ ਵੀ ਤੁਸੀਂ ਮਾਰਿਆ ਅਕਾਸ਼ ਤੋਂ। ਵਜ੍ਹਾ ਕੀ ਸੀ, ਕੀ ਗਲਤ ਕਰਦਾ ਸੀ ਜਿਹਦਾ ਕਰਕੇ ਤੁਹਾਨੂੰ ਉਹਦੀ 32 ਫੈਰ ਮਾਰ ਕੇ ਨਹੀਂ ਬੇਰਹਿਮੀ ਨਾਲ ਮੌਤ ਕੀਤੀ ਹੈ? ਇਹ ਕੁਛ ਸਵਾਲ ਨੇ ਮੇਰੇ। ਸਰਕਾਰ ਮੂੰਹ ਫੇਰ ਲੈਂਦੀ ਹੈ, 1.5 ਸਾਲ ਹੋ ਗਿਆ, ਤੁਸੀਂ ਦੇਖਿਆ ਹੋਊਗਾ ਲਾਰੈਂਸ ਦੀ ਵੀਡੀਓ ਬਣ ਜਾਂਦੀ ਹੈ, 7 ਅਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਬਾਹਰ ਰਹਿੰਦਾ ਜੇਲ੍ਹ ਤੋਂ, ਔਰ ਗੌਰਮੈਂਟ ਦਾ DGP ਸਾਹਿਬ ਹੁਣ ਫਿਰ ਪੇਸ਼ ਹੋ ਕੇ ਆਏ ਨੇ ਕੋਰਟ ਦੇ ਵਿੱਚ। ਹਾਈ ਕੋਰਟ ਨੇ ਉਸ ਵੀਡੀਓ ਨੂੰ ਗੈਰ ਕਾਨੂੰਨੀ ਕਰਾਰ ਵੀ ਦਿੱਤਾ, ਸਰਕਾਰ ਫਿਰ ਵੀ ਮੰਨਣ ਨੂੰ ਤਿਆਰ ਨਹੀਂ ਹੈ। ਯਾਨੀ ਸਾਰੀ ਗੱਲ ਦੇ ਉੱਤੋਂ ਜਿਹੜੀ ਮੇਰੀ ਕੇਸ ਦੀ ਪੁਜੀਸ਼ਨ ਹੈ ਉਹ ਵੀ ਕੋਈ ਬਹੁਤੀ ਚੰਗੀ ਨਹੀਂ ਹੈ। ਜਿੰਨਾ ਮੈਨੂੰ ਸਿੱਖ ਤੋਂ ਸਹਿਯੋਗ ਮਿਲਣਾ ਚਾਹੀਦਾ ਨਹੀਂ ਮਿਲ ਰਿਹਾ, ਤਾਂ ਮੈਂ ਇੱਕ ਇੰਡੀਆ ਅਲਾਈਂਸ, ਜਿਸ ਤਰ੍ਹਾਂ ਮੇਰੀ ਰਾਹੁਲ ਜੀ ਨਾਲ ਗੱਲ ਹੋਈ ਹੈ, ਤਾਂ ਮੈਨੂੰ ਕਾਫੀ ਮਨ ਨੂੰ ਸਕੂਨ ਮਿਲਿਆ ਗੱਲ ਕਰਕੇ ਵੀ ਉਹਨਾਂ ਨੇ ਮੇਰੇ ਦਰਦ ਨੂੰ ਥੋੜ੍ਹਾ ਜਿਹਾ ਨੇੜੇ ਤੋਂ ਹੋ ਕੇ ਦੇਖਿਆ। ਸ਼ਾਇਦ ਉਹ ਆਪ ਇਹਨਾਂ ਪਰਿਸਥਿਤੀਆਂ 'ਚ ਲੰਘੇ ਹੋਣਗੇ, ਸ਼ਾਇਦ ਤਾਂ ਕਰਕੇ ਵੀ ਫਰਕ ਪੈ ਜਾਂਦਾ, ਕਿਉਂਕਿ ਜਿਹੜੇ ਬੰਦੇ ਜਿਹੜੀ ਤਕਲੀਫ ਆਈ ਹੁੰਦੀ ਹੈ ਉਹਨੂੰ ਬਖੂਬੀ ਉਹ ਸਮਝ ਲੈਂਦਾ। ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਜੇ ਇੰਡੀਆ ਅਲਾਈਂਸ ਆਉਂਦਾ ਤਾਂ ਮੈਨੂੰ ਜਿਹੜੀ ਕਾਨੂੰਨ ਦੀ ਰਾਜ ਦੀ ਸੰਭਾਵਨਾ ਹੈਗੀ। ਬੇਟਾ ਦੇਖੋ, ਇਕੱਲਾ ਰੱਖਿਆ ਨਹੀਂ ਹੋਇਆ, 268 ਲਾ ਕੇ ਗੁਜਰਾਤ ਜਾਣ ਦਾ ਮਤਲਬ ਕੀ ਹੈ? ਬਿਲਕੁਲ ਉਹ ਸਾਡੇ ਜਵਾਕਾਂ ਦੇ ਮੌਤ ਦੇ ਵਾਰੰਟ ਇਸ਼ੂ ਕਰਦਾ ਉੱਥੋਂ ਬੈਠਾ ਹੋਇਆ, ਜਿਹੜੇ ਨੂੰ ਕੋਈ ਵੀ ਬੰਦਾ ਕਾਰੋਬਾਰੀ ਅੱਛਾ ਕੰਮ ਕਰਦਾ, ਕੋਈ ਵਪਾਰ ਦਾ ਚੰਗੇ 4 ਪੈਸੇ ਕਮਾਉਂਦਾ, ਮੈਂ ਤੁਹਾਨੂੰ 4-5 ਕਤਲ ਤਾਂ ਇਹੋ ਜਿਹੀ ਦੱਸ ਦਿੰਦਾ। ਜੇ ਕਿਸੇ ਨੇ VIP ਨੰਬਰ ਲੈ ਲਿਆ ਕਾਰ ਦਾ ਉਹ ਮਾਰਤਾ, ਜੇ ਕਿਸੇ ਨੇ ਚੰਗਾ ਸੁਨਿਆਰੇ ਦੁਕਾਨ ਹੈ ਅੱਛਾ ਕਾਰੋਬਾਰ ਚੱਲ ਪਿਆ ਉਹ ਮਾਰਤਾ। ਇਹ ਲੋਕ ਹੁਣ ਇੱਕ ਪਾਸੇ ਮੈਂ ਹਾਂ, ਮੇਰਾ ਪੁੱਤ ਮਰਿਆ ਹੋਇਆ ਵੀ 1.5 ਕਰੋੜ ਰੁਪਇਆ ਗੌਰਮੈਂਟ ਦੇ ਖਜ਼ਾਨੇ ਦੇ ਵਿੱਚ ਟੈਕਸ ਜਾਂਦਾ ਸਾਡਾ, ਅੱਜ ਵੀ ਜਾਂਦਾ, ਇੱਕ ਅਕਾਊਂਟ ਹੈ, ਦੇਖੋ ਦੂਜਾ ਅਕਾਊਂਟ ਨਹੀਂ ਮੇਰਾ ਅੱਜ ਤੱਕ ਕਦੇ ਕੋਲ, ਇਮਾਨਦਾਰੀ ਨਾਲ ਟੈਕਸ ਪੇ ਕਰਦੇ ਹਾਂ, ਔਰ ਸਾਨੂੰ ਇੰਨਾ ਬੇਰਹਿਮੀ ਨਾਲ ਮਾਰ ਦਿੱਤਾ ਜਾਂਦਾ। ਦੂਜਾ ਗੁੰਡਾ ਜਿਹੜਾ ਉੱਥੇ ਬਿਠਾ ਰੱਖਿਆ 268 ਲਾ ਕੇ ਗੁਜਰਾਤ ਦੇ ਵਿੱਚ, ਉਹ ਕਿਸੇ ਪੇਸ਼ੀ 'ਚ ਨਹੀਂ ਆਉਂਦਾ, ਕਿਸੇ ਅਦਾਲਤ ਦੇ ਵਿੱਚ ਉਹਨੂੰ ਸੰਮਨ ਨਹੀਂ ਨੋਟ ਕਰਾਏ ਜਾ ਸਕਦੇ, ਅਤੇ ਉਹਦੀ ਰੱਖਿਆ ਕੀਤੀ ਜਾ ਰਹੀ ਹੈ। ਜੇ ਇੱਕ ਗੁੰਡਾ ਕਚਹਿਰੀ ਦੇ ਵਿੱਚ ਪੇਸ਼ ਹੁੰਦਾ ਤਾਂ ਉਹਨੂੰ 3 DSP ਲਾਏ ਜਾਂਦੇ ਨੇ, ਉਹਦੀ ਸੁਰੱਖਿਆ ਮੁਕੰਮਲ ਕੀਤੀ ਜਾਂਦੀ ਹੈ। ਤਾਂ ਮੈਂ ਸਰਕਾਰਾਂ ਨੂੰ, ਦੋਨਾਂ ਨੂੰ, ਸਟੇਟ ਦੇ ਸੈਂਟਰ ਨੂੰ ਇਹ ਗੱਲ ਪੁੱਛਦਾ, ਸਾਡੇ ਮਨੁੱਖੀ ਅਧਿਕਾਰ ਕਿੱਥੇ ਨੇ? ਮਤਲਬ ਗੈਂਗਸਟਰ ਅੰਦਰ ਜਿਹੜੇ ਉਹ ਸੇਫ ਕੀਤੇ ਜਾਂਦੇ ਆ ਅਤੇ ਜਿਹੜੇ ਬਾਹਰ ਹੈ ਉਹਨਾਂ ਨੂੰ ਉਹ ਨਹੀਂ ਸੇਫ ਹੈ? ਬਿਲਕੁਲ ਜੀ, ਜੇ ਮਤਲਬ ਕਿ ਮੈਂ ਗਲੀ ਦੇ ਵਿੱਚ ਤੁਰਨ ਲੱਗਿਆ ਵੀ ਖਤਰਾ ਮਹਿਸੂਸ ਕਰਦਾ, ਮੈਂ 6-7 ਗੰਨਮੈਨ ਲੈ ਕੇ ਤੁਰਦਾ, ਤਾਂ ਇੱਕ ਜੋ ਕਿ ਮੈਂ ਤੁਹਾਡੀ ਜਾਨ ਲੈਣਾ ਤਾਂ ਮੈਨੂੰ ਵੀ ਤਾਂ ਖਤਰਾ ਹੋਣਾ ਚਾਹੀਦਾ ਨਾ, ਕਿ ਜਦੋਂ ਮੈਂ ਗਲੀ ਦੇ ਵਿੱਚ ਤੁਰਾਂ ਵੀ ਮੈਂ ਵੀ ਕਿਸੇ ਨੂੰ ਮਾਰ ਕੇ ਆਇਆ, ਤਾਂ ਜੋ ਉਹ ਤਾਂ ਸਾਨੂੰ ਮਾਰ ਦਿੰਦੇ ਆ, ਉਸ ਤੋਂ ਬਾਅਦ ਅਦਾਲਤਾਂ ਦੇ ਵਿੱਚ ਐਪਲੀਕੇਸ਼ਨਾਂ ਲਾ ਦਿੰਦੇ ਨੇ।
2 ਸਾਲ ਹੋ ਗਏ ਮੇਰੇ ਚਾਰਜ ਫਰੇਮ ਹੋਏ ਨੇ, ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਕੋਰਟ ਦਾ ਫੈਸਲਾ ਆ ਗਿਆ ਹੋਵੇ, ਕਿਉਂਕਿ ਮੈਂ ਇੰਨਾ ਨਿਰਾਸ਼ ਹੋਇਆ ਬੈਠਾ ਸੀ ਵੀ ਇਹਨਾਂ ਨੇ ਤਾਂ ਚਾਰਜ ਹੀ ਨਹੀਂ ਫਰੇਮ ਹੋਣ ਦੇਣੇ ਕੇਸ ਦੇ ਉੱਤੇ, ਆਹ ਲਾਸਟ ਡੇਟ ਦੇ ਉੱਤੇ ਹੁਣ 20 ਤਰੀਕ ਦੇ ਉੱਤੋਂ ਐਵੀਡੈਂਸ ਸ਼ੁਰੂ ਹੋਣੀ ਹੈ। ਤਾਂ ਮੈਨੂੰ ਇੰਨੀ ਰਾਹਤ ਮਿਲੀ ਉਸ ਦਿਨ ਵੀ ਨਵੇਂ ਜੱਜ ਸਾਹਿਬ ਆਏ ਆ, ਬੜਾ ਵਧੀਆ ਕੰਮ ਕਰ ਰਹੇ ਨੇ, ਪਰਮਾਤਮਾ ਕਰੇ ਅਗਲੇ ਸਾਲ ਦੇ ਵਿੱਚ ਉਹ ਸਮਾਂ ਫਿਰ ਆਉਣ ਲੱਗਾ, ਉਹੀ ਡੇਟ ਉਹੀ ਤਰੀਕ 29 ਜਿਹੜੀ 19 ਮਈ ਆਉਣ ਲੱਗੀ ਹੈ ਦੁਬਾਰਾ, ਫਿਰ ਉਹੀ ਜਿਹੜੀਆਂ ਚੀਜ਼ਾਂ ਉਹ ਯਾਦ ਆਉਣਗੀਆਂ ਦੁਬਾਰਾ ਫਿਰ। ਬਿਲਕੁਲ ਬੇਟਾ, ਉਹ ਤਾਂ ਦੇਖੋ ਜ਼ਖਮ ਤਾਂ ਸਦਾ ਹੀ ਹਾਰੇ ਨੇ, ਹੈ ਨਾ। ਉਹ ਤੋਂ ਬਾਅਦ ਮੇਰੇ ਘਰ ਦਾ ਬੇੜਾ ਮੂਧਾ ਵੱਜ ਗਿਆ, ਠੀਕ ਹੈ, ਅਕਾਲ ਪੁਰਖ ਨੇ ਰਾਹਤ ਦਿੱਤੀ ਹੈ, ਬੱਚਾ ਦਿੱਤਾ ਹੈ। ਪਰੰਤੂ ਦੇਖੋ ਬੜੀ ਬਦੀ ਕਿਸਮਤ ਦੀ ਗੱਲ ਹੈ, ਮੇਰੇ ਬੇਟੇ ਨੇ ਜਨਮ ਹਾਲੇ ਲੈਣਾ ਸੀਗਾ ਹਫ਼ਤਾ ਬਾਅਦ, ਔਰ ਸਾਨੂੰ ਹਸਪਤਾਲ ਦੇ ਵਿੱਚ ਇੰਨੇ ਨੋਟ 14-3 ਨੂੰ ਨੋਟਸ ਦਿੱਲੀ ਤੋਂ ਚੱਲਦਾ, ਔਰ 15 ਨੂੰ ਸਾਡੇ ਹਸਪਤਾਲ ਦੇ ਵਿੱਚ 3 ਅਫਸਰਾਂ ਦੀ ਟੀਮ ਮੇਰੇ ਕੋਲ ਪਹੁੰਚ ਜਾਂਦੀ ਹੈ। ਤਾਂ ਤੁਸੀਂ ਦੱਸੋ ਇਹ ਨਫ਼ਰਤ ਨਹੀਂ ਹੈ ਤਾਂ ਹੋਰ ਕੀ ਹੈ? ਰਾਜ ਕਰੇ, ਭਾਜਪਾ ਕਰੇ, ਕਾਂਗਰਸ ਕਰੇ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦਾ। ਅਸੀਂ ਤਾਂ ਰਾਜਾ ਵੜਿੰਗ ਕਹਿੰਦੇ ਨੇ ਸੰਵਿਧਾਨ ਲਈ ਲੜਨਾ ਵਾ, ਮੈਂ ਹਰ ਜਿੱਤਣ ਲਈ ਵੀ ਲੜ ਰਿਹਾ, ਸੰਵਿਧਾਨ ਲਈ ਲੜ ਰਿਹਾ ਕਿ ਲੱਗਦਾ ਜੀ ਦੇਸ਼ ਦਾ ਸੰਵਿਧਾਨ ਇੱਧਰ ਉੱਧਰ ਹੁੰਦਾ ਪਿਆ। ਦੇਖੋ ਜੀ, ਸੰਵਿਧਾਨ ਚਿਹਰੇ ਵੇਖ ਕੇ ਜਿਹੜੇ ਲੋਕ ਫੈਸਲੇ ਕਰ ਰਹੇ ਨੇ ਜੀ, ਧਾਰਾ ਤਾਂ 302 ਦੀ ਹੋਰ ਕਤਲਾਂ ਦੇ ਵਿੱਚ ਵੀ ਤੁਹਾਨੂੰ ਦਿਖਾ ਦਿੰਦਾ, ਦੋਸ਼ੀ ਸਜ਼ਾ ਵੀ ਕੱਟ ਰਹੇ ਨੇ, ਪੂਰੀ ਵੀ ਹੋ ਗਈ ਹੈ, ਦੁੱਗਣੀ ਵੀ ਕੱਟ ਲਈ ਹੈ, ਫਿਰ ਵੀ ਨਹੀਂ ਛੱਡ ਰਹੇ। 302 ਦੀ ਤਾਂ ਧਾਰਾ ਹੀ ਮੇਰੇ ਪੁੱਤ 'ਤੇ ਲੱਗੀ ਹੋਈ ਹੈ, ਚਾਰਜ ਫਰੇਮ ਹੀ ਨਹੀਂ ਹੋ ਰਹੇ। ਠੀਕ ਹੈ, ਠੀਕ ਹੈ ਜੀ।